ਲਾਈ ਸਟ੍ਰਾਈਕ ਤੇ ਨੇ ਉਹ ਕਹਿੰਦੇ ਤੁਹਾਡੇ ਨਾਲ ਮੀਟਿੰਗ ਚਾਹੁੰਦੇ ਨੇ ਉਹਨਾਂ ਨਾਲ ਗੱਲ ਚੱਲ ਠੀਕ ਹੈ ਪਹਿਲਾਂ ਵਾਲੀਆਂ ਸਰਕਾਰਾਂ ਨੇ ਬਿਲਕੁਲ ਵੀ ਇਧਰ ਧਿਆਨ ਨਹੀਂ ਦਿੱਤਾ ਸ਼ਾਇਦ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਸਾਡਾ ਧਿਆਨ ਹੈ ਸੋ ਅਸੀਂ ਕੋਈ ਖਿਲਵਾੜ ਨਹੀਂ ਕਰਨਾ ਖੁੱਲ੍ਹਾ ਬਜਟ ਅਸੀਂ ਰੱਖਾਂਗੇ ਔਰ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਕਿਉਂਕਿ ਅਸੀਂ ਐਜੂਕੇਸ਼ਨ ਹੈਲਥ ਅਤੇ ਰੁਜ਼ਗਾਰ ਪ੍ਰਾਇਓਰਟੀ ਦੇ ਰਹੇ ਹਾਂ ਓਬਵੀਅਸਲੀ ਜਦੋਂ ਰੁਜ਼ਗਾਰ ਦੀ ਗੱਲ ਚੱਲੂਗੀ ਤਾਂ ਫਿਰ ਇੰਡਸਟਰੀ ਵੀ ਨਾਲ ਰੁਜ਼ਗਾਰ 400 ਤੋਂ ਵੱਧ 26 ਜਨਵਰੀ ਤੱਕ ਤਿਆਰ ਹੋ ਜਾਣਗੇ ਟੋਟਲ 500 ਮੁਹੱਲਾ ਕਲੀਨਿਕ ਜਿਹੜੇ ਨੇ ਉਹ ਬਣ ਚੁੱਕੇ ਨੇ ਅਤੇ ਹੋਰ ਲਗਾਤਾਰ ਜਾਰੀ ਹੈ ਪ੍ਰੋਸੈਸ ਸਾਡਾ ਪੰਜਾਬ ਹੈ ਜਿਹੜਾ ਉਹ ਸਿਹਤਮੰਦ ਪੰਜਾਬ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਸੋ ਉਹਨੂੰ ਅਸੀਂ ਉੱਥੇ ਵਾਪਸ ਲੈ ਕੇ ਆਉਣਾ ਰੰਗਲਾ ਪੰਜਾਬ ਤਾਂ ਬਣੂਗਾ ਜੇ ਪਹਿਲਾਂ ਪੰਜਾਬ ਸਿਹਤਮੰਦ ਹੋਊਗਾ ਅਤੇ ਇਸ ਕਰਕੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਕਿ ਘਾਟਾ ਕੀ ਨੇ ਅਤੇ ਬਜਟ ਦੇਣ ਵਾਸਤੇ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਲਥ ਵਾਸਤੇ ਐਜੂਕੇਸ਼ਨ ਵਾਸਤੇ ਸਪੋਰਟਸ ਵਾਸਤੇ ਰੁਜ਼ਗਾਰ ਵਾਸਤੇ ਸਾਡੇ ਕੋਲ ਬਜਟ ਦੇ ਵਿੱਚ ਕੋਈ ਕਮੀ ਨਹੀਂ ਅਸੀਂ ਖੁੱਲ੍ਹਾ ਬਜਟ ਦੇਵਾਂਗੇ ਬਸ ਇਹੀ ਹੈ ਕਿ ਲਾਈ ਸਟ੍ਰਾਈਕ ਤੇ ਨੇ ਉਹ ਕਹਿੰਦੇ ਤੁਹਾਡੇ ਨਾਲ ਮੀਟਿੰਗ ਚਾਹੁੰਦੇ ਨੇ ਉਹਨਾਂ ਨਾਲ ਗੱਲ ਚੱਲ ਠੀਕ ਹੈ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਰਾਣੀ ਚਾਹੀਏ ਸਰ ਇਹ ਪੀਐਮ